ਸਾਹਿਬ ਤਾਂ ਖੁਦ ਜਿਹੜੇ ਨੇ ਉਹ ਲੋਕਾਂ ਦੇ ਹੱਕ 'ਚ ਨੇਤਰ ਨੇ, ਲੇਕਿਨ ਉਹਨਾਂ ਦੀ ਪਾਰਟੀ 'ਚ ਜਿਹੜੇ ਇਹੋ ਜਿਹੜੇ ਗਲਤ ਸ਼ਖਸ ਜਿਹੜੇ ਨੇ ਉਹ ਆ ਗਏ ਨੇ। ਪਤਾ ਲੱਗਿਆ ਉਸ ਟਾਈਮ ਜਦੋਂ ਇਹਨਾਂ ਨੂੰ ਲੋਕ ਲਾਉਂਦੇ ਕਿਹਾ, ਉਹ ਲੜੇ ਜਾਂਦੇ ਵਕਤ ਵੀ ਇਹਨਾਂ ਨੂੰ ਧਮਕੀ ਦਿੱਤੀ ਕਿ ਮੈਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਜਾਨ ਲੈਵਾ ਹਮਲਾ ਕਰ। ਸਾਥੀ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਜਿਹੜੇ ਉਹਨਾਂ ਦੇ ਨਾਲ ਹੁੱਲੜਬਾਜ਼ੀ ਕਰ ਰਹੇ ਸੀ। ਦਰਸ਼ਕਾਂ ਦਾ ਸਵਾਗਤ ਆ, ਮੈਂ ਸਿਵਲ ਹੋਸਪਿਟਲ ਤੋਂ ਆਪਣੇ ਸਹਿਯੋਗੀ ਜੁਝਾਰ ਸਿੰਘ ਨਾਲ ਹਰਦੇਵ ਪ੍ਰਿੰਸ। ਲਗਾਤਾਰ ਪੱਤਰਕਾਰਾਂ 'ਤੇ ਹੋ ਰਹੇ ਹਮਲੇ ਜਿਹੜੇ ਚਿੰਤਾ ਦਾ ਵਿਸ਼ਾ ਬਣਦੇ ਆ ਰਹੇ ਨੇ। ਰਾਤ ਦਾ ਇੱਕ ਮਾਮਲਾ ਹੋਸਪਿਟਲ ਦੇ ਵਿੱਚ ਸਾਹਮਣੇ ਆਇਆ ਕਿ ਮਨਿੰਦਰਜੀਤ ਸਿੰਘ ਗੌਰੀ ਜੋ ਕਿ ਪੰਜਾਬੀ ਜਾਗਰਣ ਦਾ ਪੱਤਰਕਾਰ ਸੀ, ਇੱਕ ਫੈਮਿਲੀ ਨਾਲ ਆਪਣੇ ਫੰਕਸ਼ਨ 'ਤੇ ਜਾਂਦਾ ਹੈ, ਉੱਥੇ ਕੁਛ ਲੋਕ ਜਿਹੜੇ ਉਹਨਾਂ 'ਤੇ ਅਟੈਕ ਕਰਦੇ ਨੇ। ਇਸ ਵੇਲੇ ਜਿਹੜੇ ਮਨਿੰਦਰ ਜੀ ਨੇ ਹੋਸਪਿਟਲਾਈਜ਼ ਨੇ, ਇੱਥੇ ਕੋਈ ਸੀਨੀਅਰ ਜਰਨਲਿਸਟ ਵੀ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਮੋਹਨ ਸਿੰਘ ਅਨਜਾਨ ਪੱਤਰਕਾਰ ਅੰਮ੍ਰਿਤਸਰ ਤੋਂ ਔਰ ਸ਼ਹੀਦ ਭਗਤ ਸਿੰਘ ਯੂਨੀਅਨ ਦਾ ਸਰਪ੍ਰਸਤ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਪੱਤਰਕਾਰ ਨੇ, ਲੋਕਤੰਤਰ ਦਾ ਜਿਹੜਾ ਤੀਸਰਾ ਜਿਹੜਾ ਥੰਬ ਹੈਗੇ ਨੇ ਚੌਥਾ, ਔਰ ਇਹਨਾਂ 'ਤੇ ਜਿਹੜੇ ਲਗਾਤਾਰ ਜਿਹੜੇ ਅਟੈਕ ਹੋ ਰਹੇ ਨੇ, ਕਦੀ ਕਿਸੇ ਪੱਤਰਕਾਰ ਨੂੰ ਜਾਨ ਤੋਂ ਜਿਹੜਾ ਮਾਰਤਾ ਜਾਂਦਾ, ਕਦੀ ਕਿਸੇ 'ਤੇ ਜਿਹੜਾ ਅਟੈਕ ਕੀਤਾ ਜਾਂਦਾ, ਜਿਸ ਵੀ ਵਿਅਕਤੀ ਨੇ ਲੋਕ ਇਨਸਾਫ ਪਾਰਟੀ ਦਾ ਬੰਦਾ ਭੁਪਿੰਦਰ ਸਿੰਘ ਫੌਜੀ ਜਿਹੜਾ ਕਿ ਮੈਂ ਪਹਿਲਾਂ ਦੇ ਪ੍ਰੋਫੈਸ਼ਨ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਉਹਨੂੰ ਉਸ ਵੇਲੇ ਪਕੜ ਕੇ ਕਾਰਵਾਈ ਕੀਤੀ, ਉਹਨੂੰ ਅੰਦਰ ਕੀਤਾ। ਔਰ ਮੈਂ ਕਹਿੰਦਾ ਵੀ ਜਿਹੜੇ ਲੋਕ ਪੱਤਰਕਾਰਾਂ 'ਤੇ ਇਸ ਤਰ੍ਹਾਂ ਹਮਲੇ ਕਰਦੇ ਨੇ, ਪੱਤਰਕਾਰ ਕਿ ਜਿਹੜਾ ਇੱਕ ਉੱਘਾ ਸਮਾਜ ਸੇਵਕ ਵੀ ਹੁੰਦਾ, ਸਮਾਜ ਦੀ ਸੇਵਾ ਕਰਦਾ, ਉਹਨਾਂ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਜਿਹੜੀ ਸਜ਼ਾ ਜਿਹੜੀ ਆ ਮਿਲਣੀ ਚਾਹੀਦੀ ਹੈ। ਔਰ ਮੈਂ ਇਹੋ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਉਹ ਕੋਈ ਵੀ ਵਿਅਕਤੀ ਉਹਦੇ ਨਾਲ ਦੇ ਵੀ ਜਿਹੜੇ ਜਿੰਨੇ ਹੋਰ ਵੀ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏ, ਔਰ ਕਾਨੂੰਨ ਅਨੁਸਾਰ ਜੋ ਵੀ ਜਿਹੜੀ ਬਣਦੀ ਜਿਹੜੀ ਕਾਰਵਾਈ ਹੈ ਉਹ ਉਹਨਾਂ 'ਤੇ ਕੀਤੀ ਜਾਵੇ। ਪਿਛਲੇ ਦਿਨੀ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਬੁਰਾ ਵਿਵਹਾਰ ਕੀਤਾ ਗਿਆ ਵਾ, ਹੁਣ ਵੀ ਪਤਾ ਲੱਗਾ ਕਿ ਲੋਕ ਇਨਸਾਫ ਪਾਰਟੀ ਦੇ ਕੁਝ ਕਾਰਕੁਨ ਸੀ ਜਿਨ੍ਹਾਂ ਨੇ ਮਨਿੰਦਰ 'ਤੇ ਹਮਲਾ ਕੀਤਾ ਵਾ। ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਐਜ਼ ਏ ਸੀਨੀਅਰ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕੋਈ ਵੀ ਜਿਹੜਾ ਵਿਅਕਤੀ ਹੈ, ਜੇ ਅਸੀਂ ਪੱਤਰਕਾਰ ਜਿਹੜੇ ਨੇ ਧੜਕ ਹੋ ਕੇ ਜਿਹੜੀ ਅਸੀਂ ਸਮਾਜ ਦੀ ਸੇਵਾ ਨਹੀਂ ਕਰੇਗੀ, ਪੱਤਰਕਾਰ ਦਾ ਫਰਜ਼ ਹੁੰਦਾ ਨੇ ਸਮਾਜ ਦੀਆਂ ਕੁਰੀਤੀਆਂ ਜਿਹੜੀਆਂ ਉਹ ਸਾਹਮਣੇ ਲਿਆਉਣੀਆਂ ਹੁੰਦੀਆਂ ਨੇ ਨੇਤਾ ਨੇ, ਨੇਤਾਵਾਂ ਨੂੰ ਜਿਹੜੀ ਆ ਪਬਲਿਕ ਸਾਡੇ ਆਮ ਲੋਕ ਜਿਹੜੇ ਨੇ ਚੁਣ ਕੇ ਜਿਹੜੇ ਭੇਜਦੇ ਨੇ, ਲੇਕਿਨ ਨੇਤਾ ਜਿਹੜੇ ਨੇ ਬਾਅਦ 'ਚ ਗੁੰਡਾਗਰਦਰ 'ਤੇ ਉੱਤਰ ਆਉਂਦੇ ਨੇ। ਭਗਵੰਤ ਮਾਨ ਜੀ ਨੇ ਵੀ ਚਲੋ ਜੋ ਵੀ ਕੀਤਾ ਬੁਰਾ ਕੀਤਾ, ਉਹਨਾਂ ਨੇ ਮਾਫ਼ੀ ਵੀ ਮੰਗੀ, ਪਰ ਮੈਂ ਚਾਹੁੰਦਾ ਵੀ ਐਸੇ ਵਿਅਕਤੀ ਜਿਹਦੇ ਜਿਸ ਤਰ੍ਹਾਂ ਭੁਪਿੰਦਰ ਸਿੰਘ ਫੌਜੀ ਨੇ ਇਹਨਾਂ 'ਤੇ ਕੀਤਾ, ਔਰ ਬੈਨ ਸਾਹਿਬ 'ਤੇ ਖੁਦ ਜਿਹੜੇ ਨੇ ਉਹ ਲੋਕਾਂ ਦੇ ਹੱਕ 'ਚ ਨੇਤਰ ਨੇ, ਲੇਕਿਨ ਉਹਨਾਂ ਦੀ ਪਾਰਟੀ 'ਚ ਜਿਹੜੇ ਇਹੋ ਜਿਹੇ ਗਲਤ ਸ਼ਖਸ ਜਿਹੜੇ ਨੇ ਉਹ ਆ ਗਏ ਨੇ, ਉਹਨਾਂ ਨੂੰ ਉਸੇ ਵੇਲੇ ਜਿਹੜਾ ਪਾਰਟੀ ਤੋਂ ਜਿਹੜਾ ਉਹਨਾਂ ਨੂੰ ਨਿਸ਼ਕਾਤਿਤ ਕਰਨਾ ਚਾਹੀਦਾ, ਔਰ ਐਸੇ ਲੋਕ ਪਾਰਟੀ 'ਚ ਭਰਤੀ ਨਹੀਂ ਕਰਨੇ ਚਾਹੀਦੇ ਜਿਹੜੇ ਇਸ ਤਰ੍ਹਾਂ ਲਗਾਤਾਰ ਪੱਤਰਕਾਰਾਂ 'ਤੇ ਜਾਂ ਕੋਈ ਆਮ ਵਿਅਕਤੀ ਕੋਈ ਸ਼ਿਕਾਇਤ ਲੈ ਕੇ ਆਉਂਦਾ ਔਰ ਉਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕਰਦਾ। ਇਹ ਬਹੁਤ ਹੀ ਜਿਹੜੀ ਗਲਤ ਨੀਤੀ ਹੈ ਅੱਜ ਦੇ ਯੁੱਗ ਦੇ ਵਿੱਚ, ਜ਼ਮਾਨੇ ਦੇ ਵਿੱਚ ਪੱਤਰਕਾਰ ਦੀ ਸੇਫਟੀ ਕੋਈ ਨਹੀਂ ਹੈਗੀ। ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਪੱਤਰਕਾਰਾਂ ਦਾ ਹੌਸਲਾ ਜਿਹੜਾ ਵਧਾਇਆ ਜਾਵੇ ਔਰ ਉਹਨਾਂ ਨੂੰ ਸੇਫਟੀ ਜਿਹੜੀ ਆ ਉਹ ਦਿੱਤੀ ਜਾਵੇ, ਹਰ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਸੁਵਿਧਾ ਜਿਹੜੀ ਆ ਮੁਹੱਈਆ ਕਰਵਾਈ ਜਾਵੇ। ਪੱਤਰਕਾਰ ਸੇਵਾਦਾਰ ਨੇ ਦੇਸ਼ 'ਚ, ਇਸ ਸਭ ਦੇ ਵਿੱਚ ਪੁਲਿਸ ਦੀ ਕੀ ਭੂਮਿਕਾ ਰਹੀ ਆ? ਪੁਲਿਸ ਦੀ ਬਹੁਤ ਵਧੀਆ ਭੂਮਿਕਾ ਰਹੀ ਹੈ। ਰਾਤ ਜਦੋਂ ਸਾਡੇ ਇੱਕ ਪੱਤਰਕਾਰ ਸਾਥੀ ਨੇ ਜਿਹੜਾ ਫੋਨ ਕੀਤਾ, ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਕੀਤਾ, DCP ਸਾਹਿਬ ਨੂੰ ਕੀਤਾ, ACP ਸਾਹਿਬ ਨੂੰ ਵੀ ਕੀਤਾ, ਉਸ ਲਈ ACP ਕ੍ਰਾਈਮ ਜਿਹੜੇ ਆਏ ਨੇ ਔਰ ਉਹਨਾਂ ਨੇ ਖੁਦ ਆ ਕੇ ਜਿਹੜੀ ਆ ਸੰਬੰਧਿਤ ਥਾਣੇ ਦੇ SHO ਨਾਲ ਗੱਲ ਕਰਕੇ ਉਸ ਬੰਦੇ ਦੇ ਪਰਚਾ ਕਟਵਾ ਕੇ ਉਹਨੂੰ ਅੰਦਰ ਕਰਾਇਆ। ਹੁਣ ਇਸ ਵੇਲੇ ਜਿਹੜਾ ਅਰੈਸਟ ਹੈਗਾ ਉਹ ਥਾਣੇ ਦੇ ਵਿੱਚ ਜਿਹੜਾ, ਔਰ ਮੈਂ ਪ੍ਰਸ਼ਾਸਨ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਨੂੰ ਕਹਿੰਦਾ ਵੀ ਜਿੱਥੇ ਉਸ ਬੰਦੇ ਨੂੰ ਉਹਨਾਂ ਨੇ ਜਿਹੜਾ ਚੁੱਕਿਆ, ਜਿਹੜੇ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਜਿਨ੍ਹਾਂ ਨੇ ਹਮਲਾ ਕੀਤਾ, ਜਿਹੜੇ ਇਸ ਵੇਲੇ ਜਿਹੜੇ ਨਿਰਪੋਸ਼ ਹੋਏ ਨੇ, ਉਹਨਾਂ ਬੰਦਿਆਂ ਨੂੰ ਵੀ ਜਿਹੜਾ ਉਹਨਾਂ ਦੀ
ਇਨਕੁਆਇਰੀ ਕਰਕੇ ਔਰ ਉਹਨਾਂ ਨੂੰ ਵੀ ਜਿਹੜਾ ਫੜਿਆ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਦੀ ਜ਼ਰੂਰਤ ਨਾ ਪਵੇ ਕਿ ਕਿਸੇ ਸਾਡੇ ਪੱਤਰਕਾਰ ਭਰਾ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਜਾਨਲੇਵਾ ਹਮਲਾ ਕਰਨ ਔਰ ਉਹਦੇ ਪਰਿਵਾਰ ਨੂੰ ਵੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਉਹਦੇ ਨਾਲ ਪੰਜਾਬੀ ਜਾਗਰਣ ਦਾ ਇੱਕ ਹੋਰ ਪੱਤਰਕਾਰ ਵਜੀਤ ਵਪਾਰ ਜਿਹੜਾ ਕਿ ਕਹਿ ਰਿਹਾ ਹੈ ਜਿਹਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਵੀ ਧਮਕੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਡੇ ਸਾਹਮਣੇ ਹੁਣੇ ਆਪਣੇ ਜਿਹੜੇ ਬਿਆਨ ਦੇਵੇਗਾ ਔਰ ਇਸ ਤਰ੍ਹਾਂ ਜਿਹੜੀਆਂ ਧਮਕੀਆਂ ਦੇਣੀਆਂ ਅਤੇ ਹਰ ਦਿਨ ਆਏ ਦਿਨ ਜਿਹੜਾ ਪੱਤਰਕਾਰ 'ਤੇ ਅਟੈਕ ਹੋਣਾ ਮੈਂ ਉਹਦਾ ਪਰਜ਼ੋਰ ਜਿਹੜਾ ਵਿਰੋਧ ਕਰਦਾ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਅਤੇ ਮੈਂ ਬੇਨਤੀ ਵੀ ਕਰਦਾ ਕਿ ਉਹ ਉਹਦੇ ਨਾਲ ਦੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਨੂੰ ਅੰਦਰ ਕਰਨ ਔਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਜਾਂ ਬਲਵਿੰਦਰ ਸਿੰਘ ਬੈਂਸ ਜਿਹੜੇ ਉਹ ਸਰਪਸ ਨੇ ਸਿਮਰਜੀਤ ਸਿੰਘ ਬੈਂਸ ਸਰਪਸ ਨੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਉਹ ਇਸ ਬੰਦੇ ਨੂੰ ਤੇਰੇ ਨਾਲ ਦੇ ਸਾਥੀ ਨੂੰ ਜਿਹੜੇ ਵੀ ਪਾਰਟੀ ਵਰਕਰ ਨੇ ਉਹਨਾਂ ਨੂੰ ਹੁਣੇ ਜਿਹੜੇ ਉਹ ਉਹਨਾਂ ਨੂੰ ਪਾਰਟੀ ਜਿਹੜੇ ਬਰਖਾਸਤ ਕਰਨ ਕਿਉਂਕਿ ਪਾਰਟੀਆਂ ਜਿਹੜੀਆਂ ਲੋਕ ਸੇਵਾ ਲਈ ਹੁੰਦੀਆਂ ਨੇ ਪਾਰਟੀਆਂ ਗੁੰਡਾਗਰਦੀ ਵਾਸਤੇ ਬਿਲਕੁਲ ਨਹੀਂ ਹੁੰਦੀਆਂ ਔਰ ਐਸੇ ਸ਼ਖਸ ਜਿਹੜੇ ਨੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਪਾਰਟੀ ਵਿੱਚ ਕਿਸੇ ਵੀ ਪਾਰਟੀ 'ਚ ਰਹਿਣ ਦਾ ਹੱਕ ਨਹੀਂ ਮੈਂ ਬਾਕੀ ਪਾਰਟੀਆਂ ਨੂੰ ਵੀ ਅਪੀਲ ਕਰਾਂਗਾ ਆਪਣੀ ਯੂਨੀਅਨ ਵੱਲੋਂ ਕਿ ਐਸੇ ਸ਼ਖਸ ਨੂੰ ਕੋਈ ਵੀ ਪਾਰਟੀ ਜਿਹੜੀ ਉਹ ਨਾ ਅਪਣਾਏ ਨਾ ਇਸ ਵੇਲੇ ਮੌਜੂਦ ਨੇ ਫਲਜੀਤ ਸਿੰਘ ਵਰਪਾਲ ਜੋ ਕਿ ਸਪੋਕਸਮੈਨ ਦੇ ਪੱਤਰਕਾਰ ਸੀ ਪਤਾ ਲੱਗਾ ਕਿ ਇਹ ਵੀ ਰਾਤ ਜਦੋਂ ਇਹ ਘਟਨਾ ਹੋਈ ਹੈ ਇਹ ਮਨਿੰਦਰ ਜੀ ਦੇ ਨਾਲ ਸੀ ਉਹ ਜਾਣਕਾਰੀ ਲੈਂਦੇ ਹਾਂ ਹਾਂਜੀ ਵਰਪਾਲ ਸਾਹਿਬ ਸਤਿ ਸ਼੍ਰੀ ਅਕਾਲ ਫਲਜੀਤ ਸਿੰਘ ਵਰਪਾਲ ਸਪੋਕਸਮੈਨ ਤੋਂ ਮੈਂ ਪੱਤਰਕਾਰ ਹਾਂ ਜਿਹੜੀ ਅੱਜ ਰਾਤੀ ਹੈ ਘਟਨਾ ਹੋਈ ਹੈ ਮਨਿੰਦਰ ਗੋਰੀ ਜੀ ਦੇ ਨਾਲ ਬਹੁਤ ਹੀ ਉਹਨਾਂ ਨੇ ਜ਼ਿਆਦਾ ਧੱਕਾ ਕੀਤਾ ਵਾ ਅਤੇ ਉੱਥੇ ਮੌਕੇ 'ਤੇ ਉਹਦੀ ਕੁੱਟਮਾਰ ਕੀਤੀ ਹੈ ਅਤੇ ਮੈਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਉਹਦੇ ਸਾਥੀ ਆ ਜਿਹਨੂੰ ਅਰੈਸਟ ਕੀਤਾ ਵਾ ਭੁਪਿੰਦਰ ਸਿੰਘ ਨੂੰ ਉਹਦੇ ਜਿਹੜੇ ਸਾਥੀਆਂ ਨੂੰ ਵੀ ਅਰੈਸਟ ਕਰਨ ਜੋ ਇਹਨਾਂ ਨੇ ਕੀਤਾ ਵਾ ਉੱਥੇ ਧੱਕੇ ਮੁੱਕੀ ਕੀਤੀ ਆ ਉਹਦੇ ਪਰਿਵਾਰ ਨਾਲ ਕੀਤੀ ਹੈ ਮੈਂ ਵੀ ਮੌਕੇ 'ਤੇ ਹੀ ਸਾਡੇ ਨਾਲ ਗਗਨ ਬੇਦੀ ਜੀ ਵੀ ਸੀ ਪੰਜਾਬੀ ਯਾਰਾਂ ਤੋਂ ਅਤੇ ਆਪਾਂ ਉਹ ਹੀ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਪੂਰਾ ਸਾਥ ਦਿੱਤਾ ਵਾ ਕਮਿਸ਼ਨਰ ਸਾਹਿਬ ਨਾਲ ਫੋਨ 'ਤੇ ਸਾਡੀ ਗੱਲ ਹੋਈ ਸੀ ਮੇਰੀ ਵੀ ਅਤੇ ਗਗਨ ਬੇਦੀ ਜੀ ਦੀ ਵੀ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਵਾ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੱਤਰਕਾਰਾਂ ਦੇ ਨਾਲ ਧੱਕਾ ਹੁੰਦਾ ਵਾ ਉਹਨਾਂ ਦੀ ਭਲਾ ਕਿ ਰਾਖੀ ਕੀਤੀ ਜਾਵੇ ਜਿਹੜਾ ਕੋਈ ਇਹੋ ਜਿਹਾ ਧੱਕਾ ਕਰੇਗਾ ਉਹਨੂੰ ਭਲਾ ਕਿ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਫਲਜੀਤ ਜੀ ਕਿੰਨੇ ਪਰਸਨ ਸੀ ਪਤਾ ਲੱਗਾ ਕਿ ਉੱਥੇ ਕਿਸੇ ਨੇ ਕੋਈ ਆਪਣਾ ਰਿਵਾਲਵਰ ਵਗੈਰਾ ਵੀ ਮਤਲਬ ਇਹਨਾਂ ਵੱਲ ਤਾਨਣ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਪਰਸਨ ਸੀ ਉਹ ਲੋਕ ਨਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਉੱਥੇ ਉਹਨਾਂ ਦੇ ਨਾਲ ਰਿਵਾਲਵਰ ਜ਼ਰੂਰ ਸੀ ਉਹਨਾਂ ਨੇ ਪਰ ਉਹਨਾਂ ਦੇ ਨਾਲ ਜਿਹੜੇ ਸਾਥੀ ਨਾ ਉਹ ਵਾਹਵਾ ਹੀ ਖੁੱਲ੍ਹਟਬਾਜ਼ੀ ਦੇ ਵਿੱਚ ਹੈਗੇ ਸੀ ਜਿਨ੍ਹਾਂ ਨੇ ਪੂਰੇ ਮੂਡ ਬਣਾਇਆ ਸੀ ਧੱਕੇ ਮੁੱਕੀ ਕੀਤੀ ਆ ਮੈਂ ਉਹਨਾਂ ਦੀ ਥੋੜ੍ਹੀ ਜਿਹੀ ਵੀਡੀਓ ਵੀ ਬਣਾਈ ਸੀ ਤਾਂ ਉਹ ਮੈਂ ਜਦੋਂ ਵੀਡੀਓ ਬਣਾਉਣ ਲੱਗਾ ਨਾਲ ਹੀ ਗੱਡੀ ਲੈ ਗਏ ਮਿੰਟੋ ਮਿੰਟੀ ਨਿਕਲ ਗਏ ਉੱਥੋਂ ਤਾਂ ਪਰ ਪੁਲਿਸ ਪ੍ਰਸ਼ਾਸਨ ਨੇ ਜਦੋਂ ਆਪਾਂ ਇਹਨੂੰ ਇੱਥੇ ਵੀਰ ਨੂੰ ਲਿਆਂਦਾ ਵਾ ਸਿਵਲ ਹਸਪਤਾਲ 'ਚ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਆ ਸਾਨੂੰ ਪੂਰਾ ਪੁਲਿਸ ਪ੍ਰਸ਼ਾਸਨ ਨੇ ਸਾਥ ਦਿੱਤਾ ਵਾ ਅਤੇ ਮੈਂ ਧੰਨਵਾਦ ਕਰਦਾ ਵਾਂ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਤਾਂ ਪਰ ਮੈਂ ਇੱਥੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਵਾਂ ਜਿਹੜੇ ਇਹੋ ਜਿਹੇ ਪੱਤਰਕਾਰਾਂ ਨਾਲ ਕੋਈ ਧੱਕਾ ਕਰਦਾ ਵਾ ਉਹਨੂੰ ਬਖਸ਼ਿਆ ਨਾ ਜਾਵੇ ਉਹਨੂੰ ਸਜ਼ਾ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਵਰਪਾਲ ਸਾਹਿਬ ਜਦੋਂ ਇਹ ਗੱਲਬਾਤ ਹੋਈ ਆ ਪੁਲਿਸ ਦੀ ਕੀ ਭੂਮਿਕਾ ਰਹੀ ਉਸ ਵੇਲੇ ਅਤੇ ਬਾਅਦ 'ਚ ਮੁੜ ਕੇ ਜਿਹਨੂੰ ਐਡਮਿਟ ਕੀਤਾ ਗਿਆ ਪੁਲਿਸ ਨੇ ਕੀ ਕਾਰਵਾਈ ਕੀਤੀ ਦੋਸ਼ੀਆਂ 'ਤੇ ਉਹਨਾਂ ਦੇ ਕਾਰਵਾਈ ਜਿਹੜੀ ਬਣਦੀ ਆ ਉਹਨਾਂ ਨੇ ਕੀਤੀ ਆ ਬਾਕੀ ਵੀਰ ਦਾ ਤੁਹਾਨੂੰ ਪਤਾ ਹੀ ਆ ਤੁਸੀਂ ਸਾਰਾ ਵੇਖ ਹੀ ਲਿਆ ਵਾ ਅਤੇ ਮੈਂ ਇਹੋ ਹੀ ਬੇਨਤੀ ਕਰਦਾ ਵਾਂ ਜਿਹੜੇ ਉਹਨਾਂ ਸਾਥੀ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਜਿਹੜੇ ਉਹਨਾਂ ਦੇ ਨਾਲ ਹੁੱਲੜਬਾਜ਼ੀ ਕਰ ਰਹੇ ਸੀ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਉਹਨਾਂ ਨੇ ਭਲਾ ਕਿ ਇੱਥੋਂ ਤੱਕ ਵੀਰ ਨੂੰ ਧਮਕੀਆਂ ਲਾਈਆਂ ਉਹ ਵੀਰ ਵੀ ਆਪਣੇ ਘਰ ਨਹੀਂ ਗਿਆ ਉਹ ਵੀ ਆਪਣੇ ਵੀਰ ਪੱਤਰਕਾਰ ਦੇ ਘਰ ਰਿਹਾ ਵਾ ਸਾਡੇ ਅਤੇ ਪਰ ਮੈਂ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਕਰਦਾ ਵਾਂ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹਨਾਂ ਨੂੰ ਭਲਾ ਕਿ ਇਨਸਾਫ਼ ਦਵਾਇਆ ਜਾਵੇ ਮਨਿੰਦਰ ਗੋਰੀ ਜੀ ਨੂੰ ਬਸ ਧੰਨਵਾਦ ਵਰਪਾਲ ਸਾਹਿਬ ਇਸ ਤਰ੍ਹਾਂ ਫਲਜੀਤ ਸਿੰਘ ਵਰਪਾਲ ਹੁਣ ਇਹਨਾਂ ਦੇ ਮਾਧਿਅਮ ਰਾਹੀਂ ਜਿਹੜਾ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਨੇ ਅਪੀਲ ਕੀਤੀ ਹੈ ਮਾਣਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਪੱਤਰਕਾਰਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਮਤਲਬ ਜਿਹੜੇ
ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਪੱਤਰਕਾਰਾਂ ਦੀ ਸੁਰੱਖਿਆ ਨੂੰ ਕਿੰਨਾ ਕੁ ਯਕੀਨੀ ਬਣਾ ਪਾਉਂਦੇ ਨੇ। ਅਤੇ ਇਸ ਵੇਲੇ ਸਾਡੇ ਨਾਲ ਮਨਿੰਦਰਜੀਤ ਸਿੰਘ ਗੋਰੀ ਦੇ ਜਿਹੜੇ ਫੈਮਿਲੀ ਉਹਨਾਂ ਦੇ ਮਿਸਿਜ ਨੇ ਉਹ ਵੀ ਨੇ, ਉਹਨਾਂ ਕੋਲ ਵੀ ਜਾਣਕਾਰੀ ਲੈਂਦੇ ਹਾਂ ਵੀ ਕੀ ਗੱਲਬਾਤ ਹੋਈ ਆ। ਤੁਸੀਂ ਦੇਖਿਆ ਕਿ ਮਨਿੰਦਰ ਜੀ ਦੇ ਜਿਹੜੇ ਮਿਸਿਜ ਨੇ ਉਹ ਕਾਫੀ ਭਾਵੁਕ ਹੋ ਗਏ ਨੇ ਅਤੇ ਉਹ ਕੁਝ ਵੀ ਬੋਲਣ ਤੋਂ ਅਸਮਰੱਥ ਦਿਖਾਈ ਦੇ ਰਹੇ ਨੇ, ਫਿਰ ਵੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਦੇ। ਹਾਂਜੀ ਭੈਣ ਜੀ, ਕੀ ਮੈਨੂੰ ਕੁਝ ਨਹੀਂ ਪਤਾ ਲੱਗਣ, ਉਸ ਟਾਈਮ ਜਦੋਂ ਅਸੀਂ ਇਹਨਾਂ ਨੂੰ ਲਹੂ ਲਾਉਣ ਦੇ ਗਿਆ, ਉਹਨਾਂ ਨੇ ਜਾਂਦੇ ਵਕਤ ਵੀ ਇਹਨਾਂ ਨੂੰ ਧਮਕੀ ਦਿੱਤੀ ਕਿ ਮੈਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਜਾਨ ਲੈਵਾਂ ਹਮਲਾ ਕਰਾਂਗੇ, ਅਤੇ ਜੀ ਵੱਡਾ ਪੱਤਰਕਾਰ ਬਣਿਆ ਫਿਰਦਾ ਵਾ। ਇਹ ਇੱਕ ਖਬਰ ਨੂੰ ਲੈ ਕੇ ਜਿਹੜਾ ਰੰਜਿਸ਼ ਤਹਿਤ ਹਮਲਾ ਕੀਤਾ ਗਿਆ ਸੀ। ਹੁਣ ਦੇਖਣਾ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਪੀੜਤ ਪਰਿਵਾਰ ਨੂੰ ਜਾਂ ਪੱਤਰਕਾਰ ਨੂੰ ਕਿਵੇਂ ਇਨਸਾਫ ਦਵਾਉਂਦਾ ਹੈ। ਅੰਮ੍ਰਿਤਸਰ ਤੋਂ ਜੁਝਾਰ ਸਿੰਘ, ਕੈਮਰਾਮੈਨ ਹਰਦੇਵ ਪ੍ਰਿੰਸ, ਨਗਾਰਾ ਟੀਵੀ, ਕੈਨੇਡਾ।